ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਰਪ੍ਰੀਤ ਸਿੰਘ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਕਰਦਾ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਭਗਤ ਨਾਮਦੇਵ ਜੀ ਦੀ ਚੱਕੀ ਅਤੇ ਖੜਾਵਾਂ ਦਰਸ਼ਨ ਕੀਤੇ ਸਨ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਸਾਡੇ ਚੈਨਲ 'ਤੇ ਜਾ ਕੇ ਜ਼ਰੂਰ ਦੇਖ ਲਿਓ। ਇਸ ਵੀਡੀਓ ਦੇ ਵਿੱਚ ਦਰਸ਼ਨ ਕਰਾਂਗੇ ਆਪਾਂ ਉਸ ਮੰਦਿਰ ਦੇ ਜਿਸ ਨੂੰ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਘੁਮਾਇਆ ਸੀ। ਜਿਸ ਦਿਨ ਭਗਤ ਜੀ ਇਸ ਜਗ੍ਹਾ ਉੱਪਰ ਆਏ ਸਨ ਤਾਂ ਇਸ ਮੰਦਿਰ ਵਿੱਚ ਸ਼ਿਵਰਾਤਰੀ ਦਾ ਮਹਾਪਰਵ ਬਹੁਤ ਹੀ ਉਲਾਸ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ, ਕਿਉਂਕਿ ਇਹ ਮੰਦਿਰ ਭਗਵਾਨ ਸ਼ਿਵ ਦੇ 12 ਜੋਤਰੀਲਿੰਗਾਂ ਦੇ ਵਿੱਚੋਂ ਇੱਕ ਹੈ। ਆਪਾਂ ਇਸ ਵੀਡੀਓ ਵਿੱਚ ਉਸ ਜੋਤਰੀਲਿੰਗ ਦੇ ਵੀ ਦਰਸ਼ਨ ਕਰਾਂਗੇ ਜੋ ਕਿ ਗੁਫਾ ਵਿੱਚ ਸੁਸ਼ੋਭਿਤ ਹੈ ਜੀ। ਹੁਣ ਆਪਾਂ ਜਿਸ ਮੰਦਿਰ ਦੇ ਦਰਸ਼ਨ ਕਰ ਰਹੇ ਹਾਂ, ਇਹ ਮੰਦਿਰ ਲਗਭਗ 5000 ਸਾਲ ਪੁਰਾਣਾ ਹੈ। ਪੁਰਾਤਨ ਹੋਣ ਕਰਕੇ ਹੀ ਇਸ ਮੰਦਿਰ ਦਾ ਉੱਪਰੀ ਹਿੱਸਾ ਢਹਿ ਗਿਆ ਸੀ, ਜਿਸ ਨੂੰ ਦੁਬਾਰਾ ਬਣਾਇਆ ਗਿਆ। ਤੁਸੀਂ ਦੇਖ ਸਕਦੇ ਹੋ ਨਵਾਂ ਬਣਾਇਆ ਹਿੱਸਾ ਵਾਈਟ ਕਲਰ ਦਾ ਹੈ ਅਤੇ ਪੁਰਾਤਨ ਸਟਰਕਚਰ ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਹੋਇਆ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਬੈੱਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤੁਸੀਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਾਂ ਚੱਲਦੇ ਹਾਂ ਉਹਦਾ ਨਾਗਨਾਥ ਮੰਦਿਰ ਦੇ ਦਰਸ਼ਨ ਕਰਦੇ ਹਾਂ ਜੀ। ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ, ਵੀਡੀਓ ਨੂੰ ਸਕਿਪ ਨਾ ਕਰਿਓ ਜੀ। ਹੁਣ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ 'ਤੇ ਆਪਾਂ ਮੰਦਿਰ ਦੇ ਅੰਦਰ ਚੜ੍ਹਾਉਣ ਲਈ ਫੁੱਲ ਅਤੇ ਪ੍ਰਸ਼ਾਦ ਲੈ ਸਕਦੇ ਹਾਂ ਜੀ। ਜੇਕਰ ਤੁਸੀਂ ਇੱਥੇ ਆਪਣੀ ਫੋਟੋ ਕਲਿੱਕ ਕਰਾਉਣੀ ਹੋਵੇ ਤਾਂ ਉਹ ਵੀ ਕਰਾ ਸਕਦੇ ਹੋ। ਜੇਕਰ ਤੁਸੀਂ ਔਨਲਾਈਨ ਪੇਮੈਂਟ ਵੀ ਕਰਨੀ ਹੋਵੇ ਤਾਂ ਉਹ ਵੀ ਇਸ ਜਗ੍ਹਾ ਉੱਪਰ ਹੋ ਜਾਂਦੀ ਹੈ ਜੀ। ਆਓ ਜੀ ਹੁਣ ਆਪਾਂ ਮੰਦਿਰ ਦੇ ਅੰਦਰ ਚੱਲਦੇ ਹਾਂ। ਆਪਾਂ ਦੇਖ ਸਕਦੇ ਹਾਂ ਇਸ ਮੰਦਿਰ ਦੇ ਦੀਵਾਰਾਂ, ਪਿੱਲਰਸ ਅਤੇ ਗੇਟਸ ਉੱਪਰ ਬਹੁਤ ਹੀ ਸੁੰਦਰ ਨਿਕਾਸ਼ੀ ਕੀਤੀ ਹੋਈ ਹੈ। ਇਸ ਮੰਦਿਰ ਦੇ ਦਰਸ਼ਨ ਤੋਂ ਬਾਅਦ ਆਪਾਂ ਭਗਤ ਨਾਮਦੇਵ ਜੀ ਦੇ ਭਗਤੀ ਸਥਾਨ ਦੇ ਦਰਸ਼ਨ ਕਰਾਂਗੇ ਜੀ। ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਅਤੇ ਐਂਡ ਤੱਕ ਦੇਖਿਓ। ਤੁਸੀਂ ਇੱਕ ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਉਸ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ। ਇਸ ਲਈ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਸ਼੍ਰੋਮਣੀ ਭਗਤ ਨਾਮਦੇਵ ਜੀ ਜਦੋਂ ਇਸ ਮੰਦਿਰ ਵਿੱਚ ਆਏ ਤਾਂ ਉਹ ਮੰਦਿਰ ਦੇ ਮੁੱਖ ਦੁਆਰ ਜੋ ਕਿ ਪੂਰਬ ਦਿਸ਼ਾ ਵੱਲ ਸੀ ਕੋਲ ਖੜ੍ਹ ਕੇ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਕਰਨ ਲੱਗੇ ਤਾਂ ਮੰਦਿਰ ਦੇ ਪੁਜਾਰੀਆਂ ਨੇ ਉਹਨਾਂ ਨੂੰ ਇਸ ਜਗ੍ਹਾ ਤੋਂ ਹਟ ਜਾਣ ਲਈ ਕਿਹਾ। ਭਗਤ ਜੀ ਮੰਦਿਰ ਦੇ ਪਿਛਲੇ ਪਾਸੇ ਚਲੇ ਗਏ। ਫਿਰ ਇਸ ਮੰਦਿਰ ਦਾ ਮੁੱਖ ਦੁਆਰ ਜੋ ਕਿ ਪੂਰਬ ਦਿਸ਼ਾ ਵੱਲ ਸੀ ਉਹ ਸ਼੍ਰੋਮਣੀ ਭਗਤ ਨਾਮਦੇਵ ਜੀ ਵੱਲ ਪੱਛਮ ਦਿਸ਼ਾ ਵੱਲ ਘੁੰਮ ਗਿਆ। ਜਦੋਂ ਆਪਾਂ ਇਸ ਮੰਦਿਰ ਵਿੱਚ ਐਂਟਰ ਹੁੰਦੇ ਹਾਂ ਤਾਂ ਮੰਦਿਰ ਵਿੱਚ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਜੀ। ਜੇਕਰ ਤੁਸੀਂ ਇਸ ਮੰਦਿਰ ਵਿੱਚ ਆਓਗੇ ਤਾਂ ਤੁਹਾਨੂੰ ਵੀ ਗਰਮੀ ਮਹਿਸੂਸ ਹੋਵੇਗੀ ਜੀ। ਆਓ ਹੁਣ ਚੱਲਦੇ ਹਾਂ ਆਪਾਂ ਜੋਤਰੀਲਿੰਗ ਦੇ ਦਰਸ਼ਨ ਕਰਦੇ ਹਾਂ ਜੀ। ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ, ਵੀਡੀਓ ਨੂੰ ਸਕਿਪ ਨਾ ਕਰਿਓ ਜੀ।
ਆਓ ਚੱਲੀਏ ਜੀ ਗੁਫਾ ਦੇ ਅੰਦਰ ਨੂੰ ਜੀ, ਅਤੇ ਦਰਸ਼ਨ ਕਰਦੇ ਹਾਂ ਜੀ ਆਪਾਂ ਜੋਤਰੀਲਿੰਗ ਦੇ ਜੀ। ਆਪਾਂ ਸਭ ਨੇ ਇਸ ਮੰਦਰ ਦੇ ਦਰਸ਼ਨ ਕਰ ਲਏ ਹਨ ਜੀ, ਆਓ ਚੱਲਦੇ ਹਾਂ ਹੁਣ ਭਗਤ ਨਾਮਦੇਵ ਜੀ ਦੇ ਘਰ ਵੱਲ ਨੂੰ ਜੀ, ਆਓ ਚੱਲੀਏ ਜੀ, ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ। ਮੰਦਿਰ ਵਿੱਚ ਐਂਟਰ ਹੋਣ ਲਈ ਇਹ ਵੀ ਇੱਕ ਦੁਆਰ ਹੈ ਜੀ, ਇਸ ਜਗ੍ਹਾ ਤੁਸੀਂ ਆਪਣੀ ਕਾਰ ਪਾਰਕ ਕਰਕੇ ਮੰਦਿਰ ਵਿੱਚ ਦਰਸ਼ਨਾਂ ਲਈ ਜਾ ਸਕਦੇ ਹੋ ਜੀ। ਐਂਟਰ ਹੋ ਚੁੱਕੇ ਹਾਂ ਜੀ ਨਰਸਿੰਘ ਵਿਖੇ, ਜਿੱਥੇ ਭਗਤ ਨਾਮਦੇਵ ਜੀ ਦਾ ਘਰ ਆ, ਇਹ ਪਿੰਡ ਆ ਉਹਨਾਂ ਦਾ, ਦਿਖਾਉਂਦੇ ਆ ਤੁਹਾਨੂੰ ਸਾਰੀ ਜਗ੍ਹਾ ਜੀ। ਹੁਣ ਆਪਾਂ ਉਸ ਸਥਾਨ ਦੇ ਉੱਤੇ ਪਹੁੰਚੇ ਹਾਂ ਜੀ ਜਿੱਥੇ ਭਗਤ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਭਗਤੀ ਕੀਤੀ ਸੀ ਜੀ। ਗੱਡੀ ਰੁਕ ਗਈ ਆਪਣੀ, ਸਵਾਰੀਆਂ ਉੱਤਰ ਰਹੀਆਂ ਨੇ। ਇਹ ਦੁਕਾਨਾਂ ਨੇ ਉਸ ਮੰਦਰ ਦੇ ਮੂਹਰੇ ਜਿੱਥੇ ਉਹਨਾਂ ਨੇ ਭਗਤੀ ਕੀਤੀ ਸੀ ਜੀ। ਦਿਖਾਉਂਦੇ ਹਾਂ ਤੁਹਾਨੂੰ ਅੰਦਰ ਤੋਂ ਵੀ, ਉਸ ਮੰਦਰ ਦੇ ਵੀ ਦਰਸ਼ਨ ਕਰਾਉਂਦੇ ਹਾਂ ਜਿੱਥੇ ਭਗਤ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਭਗਤੀ ਕੀਤੀ ਸੀ ਜੀ। ਇਹ ਅੱਜ ਉਹ ਮੰਦਰ ਜਿੱਥੇ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਤਪ ਕੀਤਾ, ਭਗਤੀ ਕੀਤੀ ਜੀ, ਤਪੱਸਿਆ ਕੀਤੀ ਇਸ ਜਗ੍ਹਾ ਦੇ ਉੱਤੇ ਜੀ। ਇਸ ਮੰਦਰ ਦੇ ਅੰਦਰ ਤੋਂ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ। ਬਣੇ ਰਹੋ ਸਾਡੇ ਨਾਲ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਉੱਤੇ ਜੀ। ਆਓ ਚੱਲਦੇ ਹਾਂ ਜੀ, ਹੁਣ ਆਪਾਂ ਇਸ ਮੰਦਰ ਦੇ ਦਰਸ਼ਨ ਕਰਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਇਹ ਮੰਦਰ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ। ਇਸ ਮੰਦਰ ਦੇ ਵਿੱਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ ਜੀ। ਉਹਨਾਂ ਦੇ ਸੇਵਕ, ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਨੂੰ ਯਾਦ ਕਰਦੇ ਨੇ ਇਸ ਜਗ੍ਹਾ ਉੱਪਰ ਆ ਕੇ ਜੀ। ਸ਼੍ਰੋਮਣੀ ਭਗਤ ਨਾਮਦੇਵ ਜੀ ਇਸ ਸਥਾਨ ਉੱਪਰ ਆਏ, ਉਹਨਾਂ ਨੇ ਭਗਤੀ ਕੀਤੀ, ਉਹਨਾਂ ਨੇ ਇਸ ਜਗ੍ਹਾ ਨੂੰ ਪੂਜਣ ਯੋਗ ਬਣਾਇਆ। ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੇ ਸੇਵਕ ਇੱਥੇ ਆ ਕੇ ਉਹਨਾਂ ਦੇ ਦਰਸ਼ਨ ਕਰਦੇ ਨੇ, ਉਹਨਾਂ ਨੂੰ ਯਾਦ ਕਰਦੇ ਨੇ।
ਤੁਸੀਂ ਦੇਖ ਸਕਦੇ ਹੋ ਭਗਤ ਨਾਮਦੇਵ ਜੀ ਦੇ ਸ਼ਰਧਾਲੂ ਇਸ ਸਥਾਨ ਉੱਪਰ ਆਉਂਦੇ ਨੇ ਜੀ, ਰਬਾਬ ਵਜਾਉਂਦੇ ਨੇ, ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਗੁਣਗਾਨ ਕਰਦੇ ਨੇ ਜੀ। ਆਪਾਂ ਸਭ ਨੇ ਪਿਛਲੇ ਮੰਦਰ ਵਿੱਚ ਵੀ ਦੇਖਿਆ ਸੀ ਕਿ ਮੁੱਖ ਦੁਆਰ ਉੱਪਰ ਬਹੁਤ ਸੋਹਣੀ ਨਕਾਸ਼ੀ ਕੀਤੀ ਹੋਈ ਸੀ। ਇਸ ਮੰਦਰ ਦੇ ਮੁੱਖ ਦੁਆਰ ਉੱਪਰ ਵੀ ਆਪਾਂ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਚੀਜ਼ਾਂ ਦੇਖ ਸਕਦੇ ਹਾਂ ਜੋ ਕਿ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਜੀ। ਆਪਾਂ ਸਭ ਨੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਭਗਤੀ ਸਥਾਨ ਦੇ ਦਰਸ਼ਨ ਕਰ ਲਏ ਹਨ ਜੀ। ਹੁਣ ਆਪਾਂ ਦਰਸ਼ਨ ਕਰਾਂਗੇ ਉਹਨਾਂ ਦੇ ਘਰ ਦੇ, ਉਹਨਾਂ ਦੇ ਪਿੰਡ ਦੇ, ਉਸ ਪਿੰਡ ਦੀਆਂ ਗਲੀਆਂ ਦੇ ਜਿਸ ਵਿੱਚ ਭਗਤ ਜੀ ਨੇ ਆਪਣਾ ਸਮਾਂ ਬਿਤਾਇਆ ਸੀ। ਜੇਕਰ ਤੁਸੀਂ ਸਾਡੇ ਚੈਨਲ ਉੱਪਰ ਨੰਦੇੜ ਸਾਹਿਬ ਦੀ ਸੀਰੀਜ਼ ਨਹੀਂ ਦੇਖੀ ਤਾਂ ਉਸ ਸੀਰੀਜ਼ ਨੂੰ ਜਾ ਕੇ ਜ਼ਰੂਰ ਦੇਖ ਲਿਓ। ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ। ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਆਓ ਚੱਲਦੇ ਹਾਂ ਜੀ, ਹੁਣ ਆਪਾਂ ਉਹਨਾਂ ਘਰ ਦੇ ਦਰਸ਼ਨ ਕਰਦੇ ਹਾਂ ਜੀ।